ਸਾਡੇ ਕੋਲ ਇੱਕ ਰਿਪੋਰਟ ਸੀਗੀ ਕਿ ਨਿਊ ਕੁਲਦੀਪ ਮੈਡੀਕਲ ਸਟੋਰ ਇੰਦਰਾ ਕਲੋਨੀ ਮੁਸਤਫਾਬਾਦ ਨਸ਼ੇ ਦੇ ਧੰਦੇ ਕਰਦਾ ਹੈ, ਦਵਾਈਆਂ ਦੀ ਆੜ ਦੇ ਵਿੱਚ ਨਸ਼ੇ ਦੀਆਂ ਦਵਾਈਆਂ ਵੇਚਦਾ ਹੈ। ਕਿਹੜੀ ਜਗ੍ਹਾ? ਇੰਦਰਾ ਕਲੋਨੀ ਦੱਸ ਰਿਹਾ ਤੁਹਾਨੂੰ ਮੈਂ, ਨਿਊ ਇੰਦਰਾ ਕਲੋਨੀ ਮੁਸਤਫਾਬਾਦ ਬਟਾਲਾ ਰੋਡ। ਉਸ ਇਨਫੋਰਮੇਸ਼ਨ ਦੇ ਬਿਹਾਫ 'ਤੇ ਅਸੀਂ ਡਰਗ ਇੰਸਪੈਕਟਰ ਸਾਹਿਬ ਨੂੰ ਆਪਣਾ ਪਰਸੋਂ ਹੀ ਇੱਕ ਲੈਟਰ ਲਿਖ ਕੇ ਭੇਜ ਦਿੱਤੀ ਸੀਗੀ ਕਿ ਸਾਨੂੰ ਕੋਈ ਡਰਗ ਇੰਸਪੈਕਟਰ ਸਾਹਿਬ ਡਿਪਿਊਟ ਕੀਤਾ ਜਾਵੇ ਤਾਂ ਕਿ ਅਸੀਂ ਡਰਗ ਸਟੋਰ ਨੂੰ ਜਾ ਕੇ ਸਰਚ ਕਰਵਾ ਸਕੀਏ ਉਹਨਾਂ ਕੋਲੋਂ, ਅਤੇ ਜੋ ਜੈਨੂਅਨ ਐਸ ਪਰ ਲੋਕ ਕਾਰਵਾਈ ਕਰ ਸਕੀਏ। ਉਹ ਉਹਨਾਂ ਨੂੰ ਚਿੱਠੀ ਲਿਖ ਕੇ ਭੇਜਣ ਤੋਂ ਬਾਅਦ ਇਹ ਡਰਗ ਇੰਸਪੈਕਟਰ ਸੁਖਦੀਪ ਸਿੰਘ ਅਤੇ ਉਹਨਾਂ ਟੀਮ ਡਿਪਿਊਟ ਹੋਈ। ਅਸੀਂ ਪਲੈਨਿੰਗ ਦੇ ਤਹਿਤ ਜਾ ਕੇ ਕੱਲ੍ਹ ਇਹਨਾਂ ਦੀ ਨਿਊ ਕੁਲਦੀਪ ਮੈਡੀਕਲ ਸਟੋਰ 'ਤੇ, ਜਿਹਦੇ ਮਾਲਕ ਸਰਦਾਰ ਕੁਲਦੀਪ ਸਿੰਘ ਨੇ, ਇਹਨਾਂ ਨੂੰ ਮਿਲੇ। ਉੱਥੇ ਡਰੱਗ ਇੰਸਪੈਕਟਰ ਸਾਹਿਬ ਸਰਦਾਰ ਸੁਖਦੀਪ ਸਿੰਘ ਹੋਰਾਂ ਨੇ ਇਹਨਾਂ ਦੀ ਦੁਕਾਨ ਦੀ ਦਵਾਈਆਂ ਦੀ ਮੈਡੀਸਨ ਦੀ ਸਰਚ ਕਰਨੀ ਕੀਤੀ, ਦੇਖਣੀਆਂ ਚਾਲੂ ਕੀਤੀਆਂ, ਅਤੇ ਕਾਫੀ ਲਾਰਜ ਸਕੇਲ 'ਤੇ ਗਏ ਇਹਨਾਂ ਦੀ ਦੁਕਾਨ ਦੇ ਅੰਦਰੋਂ ਜਿਹੜੀਆਂ ਐਕਸਪਾਇਰੀ ਡੇਟ ਦਵਾਈਆਂ ਮਿਲੀਆਂ। ਕਿੰਨੀ ਕੀ ਬਰਾਮਦੀ? ਉਹ ਦੇਖੋ ਜੀ, ਉਹ ਡਰੱਗ ਇੰਸਪੈਕਟਰ ਸਾਹਿਬ ਦੀ ਹੈ, ਮੈਂ ਤੁਹਾਨੂੰ ਦੱਸ ਰਿਹਾ ਸਾਰੀ, ਤੁਸੀਂ ਵੇਟ ਕਰੋ, ਤੁਹਾਨੂੰ ਸਾਰਾ ਕੁਝ ਕੰਪਲੇਨ ਕਰੂੰਗਾ ਮੈਂ, ਤੁਹਾਡੇ ਇੱਕ ਵਰਡ ਦਾ ਜਵਾਬ ਤੁਹਾਡੇ ਮਨ ਦੇ ਅੰਦਰੋਂ ਪੁੱਛਣਾ ਹੈ। ਉਹਨਾਂ ਨੇ ਸਰਚ ਕਰਦੇ ਕਾਫੀ ਲਾਰਜ ਸਕੇਲ 'ਤੇ ਐਕਸਪਾਇਰੀ ਡੇਟ ਦੀਆਂ ਦਵਾਈਆਂ ਇਹਨਾਂ ਕੋਲ ਫੜੀਆਂ। ਦੌਰਾਨੇ ਸਰਚ ਇੱਕ ਲਿਫਾਫਾ ਮਿਲਿਆ, ਜਿਹੜਾ ਇਹਨਾਂ ਨੂੰ ਪੁੱਛਿਆ ਕੀ ਹੈ, ਇਹਨਾਂ ਨੇ ਦੱਸਿਆ ਕਿ ਇਹ ਲਿਫਾਫੇ ਜਿਹੜੇ ਕੈਪਸੂਲ ਨੇ ਟ੍ਰੈਮਾਡੋਲ ਦੇ ਨੇ, ਕਿਉਂਕਿ ਜਿਹੜੇ ਕੈਪਸੂਲ ਸਨ ਉਹਨਾਂ 'ਤੇ ਨਾ ਕੋਈ ਮਾਰਕਾ ਲਿਖਿਆ ਸੀ, ਨਾ ਕੋਈ ਕੰਪਨੀ ਮੈਨੂਫੈਕਚਰਿੰਗ ਲਿਖੀ ਸੀ, ਨਾ ਹੀ ਕੈਪਸੂਲ ਦਾ ਨਾਂ ਸੀ, ਨਾ ਹੀ ਡੇਟ ਆਫ ਮੈਨੂਫੈਕਚਰਿੰਗ, ਨਾ ਹੀ ਐਕਸਪਾਇਰੀ ਡੇਟ ਸੀ ਜਿਹਨਾਂ ਉੱਪਰ। ਕਿੰਨੇ ਹੈਗੇ ਖੁੱਲ੍ਹੇ? ਉਹ ਜਦੋਂ ਖੁੱਲ੍ਹੇ ਕੈਪਸੂਲ ਸੀਗੇ, ਜਦੋਂ ਅਸੀਂ ਉਹਨਾਂ ਦੀ ਗਿਣਤੀ ਕੀਤੀ ਤਾਂ 400 ਹੋਇਆ, 400 ਕੈਪਸੂਲ ਹੋਇਆ। ਉਸ ਤੋਂ ਬਾਅਦ 110 ਗੋਲੀਆਂ ਐਲਪ੍ਰੈਕਸ ਦੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਮੈਨੂਫੈਕਚਰਿੰਗ 2016 ਦੀ ਸੀ ਅਤੇ ਐਕਸਪਾਇਰੀ ਡੇਟ 2018 ਦੀ ਸੀਗੀ। ਉਹ ਇਹਨਾਂ ਰੱਖੀਆਂ ਹੋਈਆਂ ਸਨ ਉੱਪਰ ਸਾਈਡ 'ਤੇ। ਉਹਨਾਂ ਨੂੰ ਇਹਨਾਂ ਕੋਲ ਪੁੱਛਿਆ ਗਿਆ, ਕਹਿੰਦੇ ਮੇਰੇ ਕੋਲ ਭੁਲੇਖੇ ਰਹਿ ਗਈਆਂ ਨੇ, ਜਦਕਿ ਇਹ ਸ਼ੋ ਕਰਦਾ ਹੈ ਕਿ ਇਹ ਕੈਪਸੂਲ ਸਨ ਉਹਨਾਂ ਉੱਤੇ ਕੋਈ ਨਾਨ ਡੇਟ ਆਫ ਮੈਨੂਫੈਕਚਰਿੰਗ ਹੈ, ਨਾ ਕੋਈ ਐਕਸਪਾਇਰੀ ਡੇਟ ਹੈ, ਨਾ ਕੰਪਨੀ ਮੈਨੂਫੈਕਚਰ ਕੌਣ ਹੈ।